ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਜਾਣਦੇ ਹਾਂ ਕਮਲ ਕੌਰ ਦੀ ਇੱਕ ਨਿਊਜ਼ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਦਰਅਸਲ ਕਮਲ ਕੌਰ ਦੇ ਅਫੀਸ਼ੀਅਲ ਅਕਾਊਂਟ ਤੇ ਇੱਕ ਪੋਸਟ ਪਾਈ ਹੋਈ ਸੀ ਜਿਸ ਦੇ ਵਿੱਚ ਕਮਲਦੀਪ ਪਿਕ ਉੱਪਰ ਲਿਖਿਆ ਹੋਇਆ ਸੀ ਆਰ ਆਈ ਪੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਸਭ ਹੀ ਕਹਿਣ ਲੱਗੇ ਕਿ ਇਹ ਫੇਕ ਨਿਊਜ਼ ਹੈ ਕਮਲ ਫੇਮ ਲਈ ਇਹ ਸਭ ਕਰ ਰਹੀ ਹੈ ਉਸ ਤੋਂ ਬਾਅਦ ਇੱਕ ਵੀਰ ਨੇ ਵੀ ਕਮਲਕੌਰ ਦੀ ਡੈਥ ਬਾਰੇ ਸਾਨੂੰ ਦੱਸਿਆ ਸੀ ਪਰ ਫਿਰ ਵੀ ਆਡੀਅנס ਨੇ ਇਸ ਗੱਲ ਉੱਪਰ ਯਕੀਨ ਨਾ ਕੀਤਾ ਪਰ ਤੁਹਾਨੂੰ ਦੱਸ ਦਈਏ ਹਾਲ ਹੀ ਵਿੱਚ ਹੁਣ ਸੁਰਲੀਨ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੁਰਲੀਨ ਨੇ ਹਾਲ ਹੀ ਵਿੱਚ ਕਮਲਕੌਰ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਉਸ ਦੇ ਉੱਪਰ ਲਿਖਿਆ ਹੈ ਆਰ ਆਈ ਪੀ ਐਂਡ ਨਾਲ ਹੀ ਕੈਪਸ਼ਨ ਦੇ ਵਿੱਚ ਲਿਖਿਆ ਕੁਝ ਦਿਨ ਪਹਿਲਾਂ ਮਿਲ ਕੇ ਗਈ ਮੈਨੂੰ ਮੈਂ ਇਹੋ ਕਹੀ ਗਈ ਕਮਲ ਨੂੰ ਕਿ ਜੋ ਤੈਨੂੰ ਸੋਸ਼ਲ ਮੀਡੀਆ ਤੇ ਜਾਣਦਿਆ ਤੂੰ ਬਿਲਕੁਲ ਵੀ ਉਵੇਂ ਨਹੀਂ ਹੈ ਪਤਾ ਨਹੀਂ ਦਿਲ ਵਿੱਚ ਕੀ ਕੀ ਲੈ ਗਈ ਨਾਲ ਜਿਸ ਤੋਂ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਜੋ ਵੀ ਨਿਊਜ਼ ਕਮਲ ਕੌਰ ਬਾਰੇ ਵਾਇਰਲ ਹੋ ਰਹੀ ਸੀ ਉਹ ਬਿਲਕੁਲ ਸੱਚ ਸੀ ਅਸਲੀਅਤ ਦੇ ਵਿੱਚ ਹੀ ਕਮਲ ਕੌਰ ਦੀ ਡੈਥ ਹੋ ਚੁੱਕੀ ਹੈ ਤੇ ਉਸ ਦਾ ਮਜ਼ਾਕ ਉਡਾਨ ਵਾਲਿਆਂ ਨੂੰ ਸ਼ਾਇਦ ਹੁਣ ਪਛਤਾਵਾ ਵੀ ਹੋ ਰਿਹਾ ਹੋਵੇਗਾ ਕਿਉਂਕਿ ਕਿਸੇ ਦੇ ਵੀ ਮੌਤ ਤੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਬਲਿ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ